ਪੰਜਾਬੀ ਖਿੜਕੀ ਦਾ YouTube ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਸਭ ਤੋਂ ਪਹਿਲਾਂ ਅਪਡੇਟ ਪਾਉਣ ਲਈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਖਿੜਕੀ ਅਤੇ ਸਵਾਗਤ ਹੈ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਯੰਗ ਟੈਲੈਂਟ, ਜਿਸ ਵਿੱਚ ਅਸੀਂ ਯੰਗ ਅਤੇ ਐਕਸਾਈਟਡ ਟੈਲੈਂਟ ਨੂੰ ਲੈ ਕੇ ਆਉਂਦੇ ਹਾਂ। ਅੱਜ ਅਸੀਂ ਜਿਸ ਮਲਟੀ ਟੈਲੈਂਟਡ ਬੱਚੇ ਨੂੰ ਲੈ ਕੇ ਆਏ ਹਾਂ ਉਹਨਾਂ ਦਾ ਨਾਮ ਹੈ ਜਸਲੀਨ ਕੌਰ। ਜਸਲੀਨ ਬੇਟਾ, ਤੁਹਾਡਾ ਸਵਾਗਤ ਹੈ। ਥੈਂਕ ਯੂ ਸੋ ਮੱਚ। ਸਭ ਤੋਂ ਪਹਿਲਾਂ ਮੈਂ ਪੰਜਾਬੀ ਖਿੜਕੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਜਸਲੀਨ ਕੌਰ ਦੇ ਵੱਲੋਂ ਨਮਸਤੇ, ਸਤਿ ਸ਼੍ਰੀ ਅਕਾਲ ਅਤੇ ਆਦਾਬ ਕਹਿਣਾ ਚਾਹੂੰਗੀ। ਅੱਛਾ, ਜਿੱਥੇ ਅੱਜ ਕੱਲ੍ਹ ਦੇ ਬੱਚੇ ਸਟੱਡੀ ਨਾਲ ਅਤੇ ਪੜ੍ਹਾਈ ਦੇ ਬੋਝ ਨਾਲ ਦੱਬੇ ਹੋਏ ਨੇ, ਤੁਸੀਂ ਇਸ ਡਾਂਸ ਦੇ ਸ਼ੌਕ ਨੂੰ ਕਿਵੇਂ ਪਾਲਿਆ, ਇਹ ਇੰਸਪੀਰੇਸ਼ਨ ਕਿੱਥੋਂ ਮਿਲੀ ਤੁਹਾਨੂੰ? ਐਕਚੁਲੀ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੈਨੂੰ ਡਾਂਸ ਕਰਨਾ ਬਹੁਤ ਅੱਛਾ ਲੱਗਦਾ ਸੀ। ਮੈਂ ਟੈਲੀਵਿਜ਼ਨ ਦੇ ਵਿੱਚ ਵੀ ਡਾਂਸ ਦੇਖ ਕੇ ਬਹੁਤ ਖੁਸ਼ ਹੁੰਦੀ ਸੀ, ਫਿਰ ਮੈਂ ਯੂਟਿਊਬ ਤੋਂ ਡਾਂਸ ਦੇਖ ਕੇ ਕਰਦੀ ਸੀ ਅਤੇ ਇਸ ਦੇ ਨਾਲ ਹੀ ਨਾਲ ਮੇਰਾ ਡਾਂਸ ਕਰਨ ਦਾ ਜਨੂੰਨ ਬਹੁਤ ਹੀ ਵਧਾ ਗਿਆ। ਅਲੱਗ ਅਲੱਗ ਟਾਈਪ ਦੇ ਬੱਚੇ ਡਾਂਸ ਕਰਦੇ ਨੇ, ਕੋਈ ਬਾਲੀਵੁੱਡ ਕਰਦਾ ਹੈ, ਕੋਈ ਵੈਸਟਰਨ ਕਰਦਾ ਹੈ, ਕੋਈ ਕਲਾਸੀਕਲ ਕਰਦਾ ਹੈ, ਤੁਸੀਂ ਕਿਹੜੇ ਟਾਈਪ ਦਾ ਡਾਂਸ ਕਰਦੇ ਹੋ? ਮੈਨੂੰ ਸਾਰੇ ਹੀ ਡਾਂਸ ਬਹੁਤ ਅੱਛੇ ਲੱਗਦੇ ਨੇ, ਪਰ ਮੇਰਾ ਜੋ ਬੇਸਿਕ ਡਾਂਸ ਫਾਰਮ ਹੈ ਉਹ ਕੰਟੈਂਪਰੇਰੀ ਵਿਦ ਜਿਮਨਾਸਟਿਕ ਹੈ। ਇਹਦੇ 'ਚ ਮੈਂ ਬਹੁਤ ਸਾਰੇ ਸਟੰਟਸ ਅਤੇ ਡਾਂਸ ਕਰਦੀ ਹਾਂ। ਸਟੰਟ ਮਤਲਬ ਤੁਸੀਂ ਕਰਦੇ ਹੋ ਇਹਦੇ 'ਚ? ਹਾਂਜੀ। ਬਹੁਤ ਵਧੀਆ। ਤੁਸੀਂ ਹੁਣ ਤੱਕ ਕਿੱਥੇ ਕਿੱਥੇ ਆਪਦੇ ਡਾਂਸ ਪਰਫਾਰਮੈਂਸ ਦੇ ਚੁੱਕੇ ਹੋ? ਮੈਂ ਬਹੁਤ ਥਾਵਾਂ 'ਤੇ ਡਾਂਸ ਪਰਫਾਰਮੈਂਸ ਦੇ ਚੁੱਕੀ ਹਾਂ, ਜਿਵੇਂ ਮੈਂ ਸੈਂਟ ਕਾਨਵੈਂਟ ਕਬੀਰ ਸਕੂਲ ਦੇ ਵਿੱਚ ਵੀ ਡਾਂਸ ਪਰਫਾਰਮੈਂਸ ਦੇ ਚੁੱਕੀ ਹਾਂ, ਮੈਂ ਸੈਂਟ ਜ਼ੇਵੀਅਰ ਵਰਲਡ ਸਕੂਲ ਦੇ ਵਿੱਚ ਵੀ ਡਾਂਸ ਪਰਫਾਰਮੈਂਸ ਦੇ ਚੁੱਕੀ ਹਾਂ, ਮੈਂ ਟੈਲੈਂਟ ਹੰਟ ਦੇ ਵਿੱਚ ਵੀ ਡਾਂਸ ਪਰਫਾਰਮੈਂਸ ਦੇ ਚੁੱਕੀ ਹਾਂ ਜਿੱਥੇ ਮੈਨੂੰ ਬੈਸਟ ਡਾਂਸਰ ਦਾ ਅਵਾਰਡ ਮਿਲਿਆ ਸੀ, ਅਤੇ ਮੈਂ ਲੋਹੜੀ ਧੀਆਂ ਦੇ ਵਿੱਚ ਵੀ ਪਰਫਾਰਮੈਂਸ ਦੇ ਚੁੱਕੀ ਹਾਂ। ਅੱਛਾ, ਇਸ ਤੋਂ ਇਲਾਵਾ ਤੁਸੀਂ ਸਟੇਜ ਐਂਕਰਿੰਗ ਵੀ ਕਰਦੇ ਹੋ, ਰੇਡੀਓ ਦੀ ਹੋਸਟਿੰਗ ਵੀ ਕਰਦੇ ਹੋ, ਉਹਦੇ ਬਾਰੇ ਵੀ ਸਾਨੂੰ ਦੱਸੋ, ਕਿੱਥੇ ਤੁਸੀਂ ਸਟੇਜ ਐਂਕਰਿੰਗ ਕੀਤੀ ਹੁਣ ਤੱਕ? ਜੀ, ਸਭ ਤੋਂ ਪਹਿਲਾਂ ਮੈਂ ਰੇਡੀਓ ਬਾਰੇ ਦੱਸਣਾ ਚਾਹੂੰਗੀ। ਜਦੋਂ ਮੈਂ ਛੋਟੀ ਹੁੰਦੀ ਸੀ ਉਦੋਂ ਮੈਂ ਨਿੱਕੇ ਨਿੱਕੇ ਅੰਬਰ ਪ੍ਰੋਗਰਾਮ ਹੋਸਟ ਕੀਤਾ ਸੀ, ਅਤੇ ਦੂਜੇ ਪ੍ਰੋਗਰਾਮ ਦੇ ਵਿੱਚ ਮੈਂ ਆਪਣੇ ਸਕੂਲ ਦੀ ਟੀਚਰਸ ਦੀ ਇੰਟਰਵਿਊ ਲਿੱਤੀ ਸੀ ਵਿਸ਼ਵ ਹਿੰਦੀ ਦਿਵਸ 'ਤੇ, ਅਤੇ ਇਸ ਲਈ ਮੈਂ ਸਟੇਸ਼ਨ ਡਾਇਰੈਕਟਰ ਮਿਸਟਰ ਰਾਜੀਵ ਅਰੋੜਾ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੂੰਗੀ। ਅਤੇ ਮੈਂ ਸਟੇਜ ਐਂਕਰਿੰਗ ਵੀ ਕੀਤੀ ਹੈ ਆਪਣੇ ਕੋ ਹੋਸਟ ਨਾਲ। ਇੱਕ ਵਾਰ ਮੈਂ ਅਸ਼ੋਕਾ ਪੈਲਸ ਦੇ ਵਿੱਚ ਵੀ ਐਂਕਰਿੰਗ ਕਰ ਚੁੱਕੀ ਹਾਂ, ਅਤੇ ਦੂਜੀ ਵਾਰ ਮੈਂ ਸੈਂਟ ਕਬੀਰ ਕਾਨਵੈਂਟ ਸਕੂਲ ਦੇ ਵਿੱਚ ਐਂਕਰਿੰਗ ਕਰ ਚੁੱਕੀ ਹਾਂ। ਅੱਛਾ, ਟੀਵੀ ਐਡਸ ਵੀ ਬਣਾ ਲਈਆਂ ਤੁਸੀਂ ਇੰਨੀ ਛੋਟੀ ਉਮਰ 'ਚ, ਉਹਨਾਂ ਬਾਰੇ ਵੀ ਦੱਸੋ ਸਾਡੇ ਦਰਸ਼ਕਾਂ ਨੂੰ, ਕਿਹੜੇ ਕਿਹੜੇ ਟੀਵੀ ਐਡਸ ਤੁਸੀਂ ਆ ਚੁੱਕੇ ਹੋ? ਜੀ, ਜਦੋਂ ਮੈਂ 4 ਇਅਰਸ ਦੀ ਸੀ ਉਦੋਂ ਮੈਂ ਐਮ ਸਟਾਰ ਕੂਲਰ ਦੀ ਐਡ ਕੀਤੀ ਸੀ, ਅਤੇ ਲਾਸਟ ਈਅਰ ਮੈਂ ਯੂਨੀਵਰਸਲ ਗੈਸ ਦੀ ਫੱਕੀ ਦੀ ਐਡ ਵੀ ਕਰ ਚੁੱਕੀ ਹਾਂ। ਟੈਲੈਂਟ ਇੱਕ ਖੋਜ ਪ੍ਰੋਗਰਾਮ ਆ ਰਿਹਾ, ਉਹ 'ਚ ਤੁਸੀਂ ਫਾਈਨਲ ਤੱਕ ਪਹੁੰਚ ਚੁੱਕੇ ਹੋ, ਉਹਦੇ ਬਾਰੇ ਦਰਸ਼ਕਾਂ ਨੂੰ ਦੱਸੋ ਕਿ ਕਿਵੇਂ ਰਿਹਾ ਉਹ ਸਫ਼ਰ ਤੁਹਾਡਾ? ਔਨ ਟਾਈਮ ਮੀਡੀਆ ਦੇ ਜਿਹੜੇ ਡਾਇਰੈਕਟਰ ਨੇ, ਉਹਨਾਂ ਨੇ ਇੱਕ ਨਵਾਂ ਚੈਨਲ ਲਾਂਚ ਕੀਤਾ ਅਤੇ ਉਸ ਦੇ ਵਿੱਚ ਇੱਕ ਨਵਾਂ ਸ਼ੋਅ ਆ ਰਿਹਾ ਟੈਲੈਂਟ ਕੀ ਖੋਜ, ਉਹਦੇ ਵਿੱਚ ਮੈਂ ਜਿਮ ਸਕੂਲ ਦੇ ਵਿੱਚ ਆਡੀਸ਼ਨ ਦੇਣ ਗਈ ਅਤੇ ਸੈਮੀਫਿਨਾਲੇ ਜਿਹੜਾ ਨੋਇਡਾ ਵਿੱਚ ਹੋਇਆ ਸੀ ਉਹਦੇ ਵਿੱਚ ਮੈਂ ਫਸਟ ਕੰਟੈਸਟੈਂਟ ਸੀ ਜਿਹਨੂੰ ਵਾਈਟ ਕੈਪ ਮਿਲੀ। ਵਾਈਟ ਕੈਪ ਮਤਲਬ ਡਾਇਰੈਕਟ ਐਂਟਰੀ ਟੂ ਬੰਬੇ ਯਾਨੀ ਕਿ ਫਿਨਾਲੇ। ਸੋ ਮੈਂ ਹੁਣ ਬਹੁਤ ਜ਼ਿਆਦਾ ਪ੍ਰੈਕਟਿਸ ਕਰ ਰਹੀ ਹਾਂ ਅਤੇ ਮੈਂ ਪ੍ਰੇ ਕਰੂੰਗੀ ਕਿ ਮੈਂ ਇਸ ਦੇ ਵਿੱਚ ਵੀ ਸਿਲੈਕਟ ਹੋ ਜਾਵਾਂ ਅਤੇ ਵਿਨਰ ਬਣ ਜਾਵਾਂ। ਸਾਡੀ ਬੈਸਟ ਵਿਸ਼ਿਜ਼ ਨੇ ਉਹਦੇ ਲਈ। ਚਲੋ, ਇਹਦੇ ਨਾਲ ਨਾਲ ਤੁਸੀਂ ਡਾਂਸਿੰਗ ਵੀ ਕਰਦੇ ਹੋ, ਰੇਡੀਓ ਹੋਸਟਿੰਗ ਵੀ ਕਰਦੇ ਹੋ, ਐਂਕਰਿੰਗ ਵੀ ਕਰਦੇ ਹੋ, ਅਤੇ ਮੈਂ ਸੁਣਿਆ ਤੁਸੀਂ ਇੱਕ ਪਲੇਅਰ ਵੀ ਹੋ। ਜੀ, ਮੈਂ ਜਿਮਨਾਸਟਿਕ ਪਲੇਅਰ ਹਾਂ। ਮੈਂ 2 ਵਾਰ ਬਲੋਕ ਜਾ ਚੁੱਕੀ ਹਾਂ, 2 ਵਾਰ ਡਿਸਟ੍ਰਿਕਟ ਜਾ ਚੁੱਕੀ ਹਾਂ ਅਤੇ ਇਹਨਾਂ ਸਾਰਿਆਂ ਵਿੱਚ ਮੈਂ ਗੋਲਡ ਮੈਡਲਿਸਟ ਹਾਂ। ਮੈਂ ਇੱਕ ਵਾਰ ਸਟੇਟ ਵੀ ਜਾ ਚੁੱਕੀ ਹਾਂ ਅਤੇ ਹੁਣ ਆਉਣ ਵਾਲੇ ਦਸੰਬਰ ਦੇ ਵਿੱਚ ਮੇਰਾ ਸਟੇਟ ਹੈ ਜਿਹਦੇ ਵਿੱਚ ਮੈਂ ਬਹੁਤ ਅੱਛਾ ਕਰੂੰਗੀ ਅਤੇ ਜਿੱਤ ਕੇ ਆਊਂਗੀ। ਅੱਛਾ, ਪਲੇਅਰ ਹੋਣ ਦੇ ਨਾਲ ਨਾਲ, ਡਾਂਸਰ ਦੇ ਨਾਲ ਨਾਲ, ਜੇ ਆਪਾਂ ਪੁੱਛੀਏ ਤਾਂ ਤੁਹਾਡੀ ਹੋਰ ਕੀ ਮੇਜਰ ਅਚੀਵਮੈਂਟ ਹੈ? ਇੱਕ ਵਾਰ ਜਦੋਂ ਮੈਂ ਐਂਕਰਿੰਗ ਕਰ ਰਹੀ ਸੀ ਉਦੋਂ ਸਾਡੇ ਸਪੋਂਸਰਸ਼ਿਪ ਟੋਨੀ ਐਂਡ ਗਾਏ, ਜੋ ਕਿ ਇੱਕ ਲੰਡਨ ਦੀ ਫਰੈਂਚਾਈਜ਼ੀ ਹੈ, ਉਹਨਾਂ ਨੇ ਮੈਨੂੰ ਮੇਰੀ ਪਰਫੋਰਮੈਂਸ ਦੇਖ ਕੇ ਪੂਰੇ ਲਾਈਫ ਟਾਈਮ ਲਈ ਸਪੋਂਸਰ ਕਰ ਦਿੱਤਾ। ਇਸ ਦਾ ਮਤਲਬ ਹੈ ਮੈਂ ਆਲ ਓਵਰ ਇੰਡੀਆ ਦੇ ਵਿੱਚ ਜਦੋਂ ਮਰਜ਼ੀ ਚਾਹਵਾਂ ਉਦੋਂ ਟੋਨੀ ਐਂਡ ਗਾਏ ਦੀ ਫ੍ਰੀ ਸਰਵਿਸ ਲੈ ਸਕਦੀ ਹਾਂ। ਇੰਨਾ ਕੁਛ ਤੁਸੀਂ ਕਰ ਰਹੇ ਹੋ, ਡਾਂਸਿੰਗ ਕਰ ਰਹੇ ਹੋ, ਹੋਸਟਿੰਗ ਕਰ ਰਹੇ ਹੋ, ਐਂਕਰਿੰਗ ਕਰ ਰਹੇ ਹੋ, ਖੇਡ ਵੀ ਰਹੇ ਹੋ, ਤਾਂ ਤੁਹਾਨੂੰ ਤੁਹਾਡੀ ਪੜ੍ਹਾਈ 'ਚ ਕਦੇ ਦਿੱਕਤ ਨਹੀਂ ਆਉਂਦੀ ਇਹਨਾਂ ਕਾਰਨਾਂ ਕਰਕੇ? ਮੈਨੂੰ ਮੇਰੀ ਪੜ੍ਹਾਈ ਦੇ ਵਿੱਚ ਕਦੇ ਇਹਨਾਂ ਕਾਰਨਾਂ ਕਰਕੇ ਦਿੱਕਤ ਨਹੀਂ ਆਉਂਦੀ, ਕਿਉਂਕਿ ਮੇਰੀ ਪੜ੍ਹਾਈ ਕਦੇ ਵੀ ਡਾਂਸ ਦੇ ਕਰਕੇ ਸਫਰ ਨਹੀਂ ਹੁੰਦੀ। ਮੈਂ ਆਪਣੀ ਪੜ੍ਹਾਈ ਦਾ ਇੱਕ ਫਿਕਸ ਟਾਈਮ ਰੱਖਿਆ ਹੋਇਆ ਜੋ ਕਿ ਸਿਰਫ ਮੇਰੀ ਪੜ੍ਹਾਈ ਨੂੰ ਹੀ ਦਿੱਤਾ ਜਾਂਦਾ ਹੈ। ਫੈਮਿਲੀ ਦਾ ਕਹਿੰਦੇ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਜੇ ਤੁਸੀਂ ਕਿਤੇ ਅੱਗੇ ਵਧਣਾ, ਤਾਂ ਤੁਹਾਡੀ ਫੈਮਿਲੀ ਦਾ ਤੁਹਾਡੇ ਲਈ ਕੀ ਯੋਗਦਾਨ ਹੈ, ਤੁਹਾਡੇ ਮੰਮਾ ਦਾ, ਪਾਪਾ ਦਾ? ਮੇਰੀ ਫੈਮਿਲੀ ਮੈਨੂੰ ਬਹੁਤ ਸਪੋਰਟ ਕਰਦੀ ਹੈ, ਸਪੈਸ਼ਲੀ ਮੇਰੇ ਮੰਮਾ ਪਾਪਾ ਮੈਨੂੰ ਬਹੁਤ ਸਪੋਰਟ ਕਰਦੇ ਹੈ, ਸ਼ਾਇਦ ਇਸੇ ਕਰਕੇ ਮੈਂ ਇਸ ਲੈਵਲ ਤੱਕ ਪਹੁੰਚੀ ਹਾਂ। ਅੱਛਾ, ਹੁਣ ਤੁਹਾਡੇ ਫਿਊਚਰ ਪਲਾਨ ਕੀ ਨੇ? ਤੁਹਾਡੀ ਉਮਰ ਬਹੁਤ ਛੋਟੀ ਹੈ ਅਜੇ, ਤੁਸੀਂ ਕਿੱਥੇ ਦਾ ਰਸਤਾ ਦੇਖਦੇ ਹੋ, ਆਪਦੇ ਆਪ ਨੂੰ ਕਿੱਥੇ ਦੇਖਦੇ ਹੋ, ਕੀ ਫਿਊਚਰ ਪਲਾਨ ਹੈ ਤੁਹਾਡੇ ਲਈ? ਇਸ ਟਾਈਮ ਤਾਂ ਮੈਂ ਟੈਲੈਂਟ ਕੀ ਖੋਜ ਦੇ ਵਿੱਚ ਵਿਨਰ ਬਣਨਾ ਚਾਹੁੰਦੀ ਹਾਂ ਅਤੇ ਬਠਿੰਡਾ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ, ਅਤੇ ਮੈਂ ਸਟੱਡੀਜ਼ ਦੇ ਵਿੱਚ ਵੀ ਅੱਗੇ ਜਾਣਾ ਚਾਹੁੰਦੀ ਹਾਂ ਅਤੇ ਮੈਂ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹਾਂ। ਬਹੁਤ ਵਧੀਆ ਬੇਟਾ, ਸਾਡੀਆਂ ਬੈਸਟ ਵਿਸ਼ਿਜ਼ ਤੁਹਾਡੇ ਨਾਲ ਨੇ, ਪੰਜਾਬੀ ਖਿੜਕੀ ਟੀਮ ਦੀਆਂ, ਈਵਨ ਬਠਿੰਡਾ ਵਾਸੀਆਂ ਦੀਆਂ।
ਅਸੀਂ ਇੱਕ ਨਵੀਂ ਸ਼ਖਸੀਅਤ ਨਾਲ ਫਿਰ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਖਿੜਕੀ। ਪੰਜਾਬੀ ਖਿੜਕੀ ਦਾ YouTube ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਸਭ ਤੋਂ ਪਹਿਲਾਂ ਅਪਡੇਟ ਪਾਉਣ ਲਈ।